ਪਰ ਕਾਰਜ ਕੁਰਸੀ ਕੋਲ ਹੋਵੇ ਤਾਂ ਸਜ਼ਾ ਕੋਈ ਕਿਸੇ ਦੀ ਜਿਹਨਾਂ ਨੇ ਆਪਣੇ ਚਾਹੁੰਦੇ ਸੀ ਕਹਿੰਦੇ ਰਹੇ ਤੁਸੀਂ ਅਖਬਾਰ ਪੜ੍ਹਿਆ ਜ਼ਰੂਰ ਹੋਵੇਗਾ ਕਿ ਪਿੰਡਰਾਂਵਾਲਾ ਇੰਦਰਾਂਵਾਲਾ ਏਜੰਟ ਹੈ ਪਿੰਡਰਾਂਵਾਲਾ ਬਲੈਕੀ ਹੈ ਮਹਿਤਾ ਗੁਰਦੁਆਰਾ ਆਜ਼ਾਦੀ ਦਾ ਅੱਡਾ ਹੈ ਕਹਿੰਦੇ ਰਹੇ ਕਿ ਨਹੀਂ ਕਹਿੰਦੇ ਰਹੇ ਤਾਂ ਉਸਨੇ ਪੈਸੇ ਛੁੜਾ ਮਾਰਿਆ ਆਹ ਜਿਹੜਾ ਮੈਂ ਪ੍ਰਚਾਰ ਅੱਜ ਕੀਤਾ ਮੇਰਾ ਨਸਲਾ ਪ੍ਰਚਾਰ ਇਹ ਹੈ ਜੇ ਤਾਂ ਸ਼ਰਾਬ ਛਡਾਉਣੀ ਬਲਾਤ ਕਰਨੀ ਝੂਠ ਬੋਲਣਾ ਕਿਰਪਾਨ ਕਿਲੇ ਕੱਟਣੀ ਫਿਰ ਚੋਰੀਆਂ ਕਰਨੀਆਂ ਗੋਲਕਾਂ ਭਰਨੀਆਂ ਇਹਦਾ ਨਾਮ ਕਾਂਸਾ ਤੇ ਫਿਰ ਕੰਨ ਕਸਰ ਕਰ ਦਿੱਤੀ ਹੈ ਕਦੇ ਮੋਨੇ ਦੀ ਦਾਲੀ ਰਖਾਉਣੀ ਸ਼ਰਾਬੀ ਦੀ ਸ਼ਰਾਬ ਛਡਾ ਦੇਣੀ ਫੀਮ ਖਾਣ ਵਾਲੇ ਦੀ ਪੈਸੇ ਲੈਣ ਤੋਂ ਬਿਨਾਂ ਫੀਮ ਛਡਾ ਦੇਣੀ ਗੁਰਬਾਣੀ ਦਾ ਨਿਤਨੇਮ ਕਰਾਉਣਾ ਤੇ ਦੇ ਗੁਰਿਆਂ ਨੂੰ ਗੁਰੂ ਵਾਲੇ ਬਣਾਉਣਾ ਇਹਦਾ ਨਾਮ ਕਾਂਸਾ ਦਾ ਫਿਰ ਅਸੀਂ ਕੱਟੜਾ ਕਾਲੀ ਹੈ ਅਸੀਂ ਅਕਾਲੀ ਜ਼ਰੂਰ ਹਾਂ ਅਕਾਲੀ ਨਹੀਂ ਅਸੀਂ ਅਕਾਲੀ ਦੇ ਪਾਸ ਕਰੀਏ ਅਕਾਲ ਦੇ ਪਾਸ ਕਹਾਂ ਅਕਾਲੀ ਦੇ ਪਾਸ ਕੀ ਸਾਡੇ ਗੁਰਮੁਖ ਮੁਖੀ ਜਿਹੜੇ ਜਾ ਕੇ ਵੈਸ਼ਨੋ ਦੇਵੀ ਦੇ ਅੱਗੇ ਬੈਠ ਕੇ ਪਤੀ ਸਤੀ ਹੱਥ ਜੋੜ ਚੱਕਾ ਮੀਚ ਕੇ ਬੈਠੇ ਉਹ ਮਰ ਗਏ ਨਾ ਫਿਰ ਕਿੱਥੇ ਸ੍ਰੀ ਹਰਿਮੰਦਰ ਸਾਹਿਬ ਕਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਨੰਦਪੁਰ ਸਾਹਿਬ ਆਪਣੇ ਕੋਲ ਨਹੀਂ ਹਜ਼ੂਰ ਸਾਹਿਬ ਆਪਣੇ ਕੋਲ ਨਹੀਂ ਸਿੱਖ ਦਾ ਪੁੱਤ ਬਣ ਕੇ ਕਿਉਂ ਦੇਵੀ ਨੂੰ ਮੱਥਾ ਟੇਕੇ ਇਹਦਾ ਨਾਮ ਸਿੱਖ ਸ਼ਰਾਬ ਪੀਣੀ ਵਾਲਾ ਨਾਮ ਸਿੱਖ ਬਾਬਾ ਬਕਾਲੇ ਸਾਹਿਬ ਦਾ ਹੁਣ ਐਸਾ ਹੱਦ ਗ੍ਰੰਥੀ ਹੈ ਜਦੋਂ ਸਾਨੂੰ ਗੁੰਡੇ ਕਿਹਾ ਜਾਂਦਾ ਸੀ ਉਸ ਟਾਈਮ ਤੋਂ ਮੀਟ ਗ੍ਰੰਥੀ ਸੀ ਉਸ ਵਿਅਕਤੀ ਨੇ ਜਿਹੜਾ ਹਮਾਰਾ ਸਰੂਪ ਪ੍ਰਕਾਸ਼ ਹੈ ਤਾਬਿਆ ਬੈਠ ਕੇ ਸ਼ਰਾਬ ਪੀ ਕੇ ਪਹਿਲਾਂ ਤਾਬਿਆ ਬੈਠ ਕੇ ਸਰੂਪ ਦੇ ਉੱਤੇ ਰੋਟੀਆਂ ਕੀਤੀਆਂ ਉਹ ਰੋਟੀਆਂ ਚੁੱਕ ਕੇ ਸੰਗਤ ਦੇ ਬਾਹਰ ਸੁੱਕੀਆਂ ਲੱਤਾਂ ਦੇ ਫੜ ਕੇ ਬਾਹਰ ਕੱਢਿਆ ਤੇ ਜਿਹੜੇ ਪੰਥ ਵਾਲੇ ਆ ਇੱਕ ਵਿਅਕਤੀ ਨੂੰ ਜਿਤਾ ਕੇ ਕਿ ਉੱਥੋਂ ਨੂੰ ਰਤਨ ਸਾਹਿਬ ਦਾ ਨਾਮ ਹੈ ਸਸਾਰੇ ਦਾ ਉਹਨੂੰ ਨੀਤ ਗ੍ਰੰਥੀ ਚੁੱਕ ਕੇ ਹੱਡ ਗ੍ਰੰਥੀ ਬਣਾ ਦਿੱਤਾ ਜਿਹੜਾ ਪੰਥ ਤੀਨੋ ਚਰਤਾਂ ਮੁਖੀਆਂ ਦੇ ਸਾਡੀ ਸਿੱਖ ਕੌਮ ਦੇ ਮਨਿਸਟਰੀ ਹੋਵੇ ਸਿੱਖ ਕੌਮ ਦੇ ਪ੍ਰਧਾਨ ਹੋਣ ਤੇ ਤੇਰਾ ਸਿੰਘ ਸ਼ਹੀਦ ਹੋ ਜਾਣ ਤੇ ਕਾਤਲ ਸਾਡੇ 300 ਮੀਲ ਜਾ ਰਹੇ ਤੇ ਸਾਡੇ ਅਕਾਲੀ ਮਨਿਸਟਰੀ ਦੇ ਵਿੱਚ ਕਾਤਲ ਬੜੀ ਹੋ ਜਾਣ ਉਹ ਜ਼ਿੰਮੇਵਾਰ ਕੌਣ ਹੈ ਭਾਈ ਹਾਂ ਅਸੀਂ ਵਿਅਕਤੀਗਤ ਤੌਰ ਤੇ ਕਿਸੇ ਦੇ ਵਿੱਚ ਬੋਲਦੇ ਹਾਂ ਜੇ ਸ਼ਕਤੀ ਸਾਡੇ ਨੇੜੇ ਨਾ ਲੱਗੋ ਕਿਹੜਾ ਧੀ ਭੈਣ ਦੀ ਅੱਜ ਦੁਬਾਰਾ ਗੱਲ ਗੱਲ ਕਰੀ ਨੇੜੇ ਨਾ ਲੱਗੋ ਤੇ ਜਿਹੜਾ ਭਾਈ ਅਸੀਂ ਕਦੇ ਸ਼ਰਾਬ ਛੱਡਦੇ ਗੁਰੂ ਸਾਹਿਬ ਜੀ ਕਦੇ ਸ਼ਰਾਬ ਛੱਡਦੇ ਹੋ ਜੇ ਅਸੀਂ ਕਦੇ ਝੂਠ ਨਾ ਬੋਲੋ ਗੁਰੂ ਸਾਹਿਬ ਜੀ ਕਦੇ ਝੂਠ ਨਾ ਬੋਲੋ ਫਿਰ ਅਸੀਂ ਪਾਪ ਕੀ ਕੀਤਾ ਆ ਤੁਸੀਂ ਪੜ੍ਹਾ ਲਿਖਾ ਜੀ ਸ਼ਾਹ ਦਾ ਕਨੇਡਾ ਮਝਾਰ ਨੇ ਕੋਈ ਤਿਆਰ ਹੋਵੇਗਾ ਇਲਾਕੇ ਦਾ ਸੱਜਣ ਜੁੜੇ ਆ ਤੁਸੀਂ ਨਿਧਾਰੇ ਜ਼ਿਲ੍ਹੇ ਦੇ ਵਿੱਚੋਂ ਕਿੰਨਾ ਡੈਪੂਟੇਸ਼ਨ ਭੇਜਿਆ ਸੀਗਾ ਤੁਸੀਂ ਹੁਕਮਨਾਮਾ ਜਾਰੀ ਕਰੋ ਜੇ ਕਿਸੇ ਇਲਾਕੇ ਵਿੱਚੋਂ ਕਿਸੇ ਸੰਤ ਦਾ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਹੁਕਮਨਾਮਾ ਜਾਰੀ ਕਰੋ ਕੀਤਾ ਕਿਉਂ ਤੇ ਜੇ ਕੀਤਾ ਤੇ ਕੌਮ ਦੇ ਭਲੇ ਵਾਸਤੇ ਕੀਤਾ ਹੈ ਤੇ ਫਿਰ ਭਾਈ ਕੌਮ ਦੇ ਵਿੱਚੋਂ ਦੱਸੀਆਂ ਆਪਣੀਆਂ ਲਾਠੀਆਂ ਘਰੇ ਦਿਖਾਈ ਬੈਠੇ ਤਲਵਾਰੀਆਂ ਵਾਸਤੇ ਖਾਸ ਛੱਡ ਦਿੱਤੇ ਹੋਏ ਤੇ ਇਹਨਾਂ ਨੇ ਕਿਉਂ ਬਾਪੂ ਕਹਿੰਦਾ ਵਤਨ ਦੁਨੀਆਂ ਨਸ਼ਟ ਹੋ ਗਿਆ ਤਾਂ ਹੁਕਮਰਾਨ ਕੀਤੀ ਨਹੀਂ ਜੇ ਨਹੀਂ ਕੀਤੀ ਤੇ ਕਿਸੇ ਵੀਰ ਨੂੰ ਦੁੱਖ ਹੈ ਇਹ ਸਾਰੀ ਮਿਨਿਸਟਰੀ ਨੂੰ ਕਰੋ ਇਕੱਠੇ ਤੇ ਮੈਨੂੰ ਸਾਧੋ ਜਿੱਥੇ ਸਦੋਗੇ ਉੱਥੇ ਮੇਰੇ ਦਰਦ ਕੋਈ ਨਹੀਂ ਮੇਰਾ ਕਿਸੇ ਦਾ ਮੇਰੇ ਮੂੰਹ ਤੇ ਬੈਠ ਕੇ ਕਹੋ ਅਸੀਂ ਲਗਤਾਰ ਜਿਹੜਾ ਵੋਟਾਂ ਨਹੀਂ ਮੰਗੀਆਂ ਤੇ ਜਿਹੜਾ ਵੀਰ ਪੁੱਛੂਗਾ ਮੈਂ ਉਹਨੂੰ ਤੇ ਜਿਹੜਾ ਮਿਨਿਸਟਰ ਨੁਕਰੂਗਾ ਉਹਨੂੰ ਨਾਲ ਬਿਠਾ ਕੇ ਮੈਂ ਵੀ ਨਾਲ ਚੱਲੂ ਤੇ ਲਗਤਾਰ ਜਿਹੜੇ ਘਰੋਂ ਪਛਾਣਦਾ ਨਹੀਂ ਮੇਰੇ ਵੋਟਾਂ ਲੱਗੀਆਂ ਇਹਨਾਂ ਦਾ ਤੰਥ ਕਿਥੋਂ ਅਸੈਂਬਲੀ ਕਿਸੇ ਦਾ ਤਾਰਵੀ ਨਹੀਂ ਕਿਸੇ ਪ੍ਰਧਾਨ ਸਿੰਘਾਂ ਦਾ ਰਾਜ ਹੋਣਾ ਤੇ ਬਲਕਾਰ ਦਾ ਗੁਰੂ ਦਾ ਧਾਰਨ ਮੰਗਣ ਵਾਲਿਆਂ ਨੂੰ ਕਤਲ ਕਰਕੇ ਸਾਧੋ 300 ਮੀਲ ਲੰਘ ਜਾਵੇ ਖੁਸਰਾ ਵੀ ਲੰਘ ਜਾਣਾ ਚਾਹੀਦਾ ਸਿੱਖ ਨੂੰ ਸਲਵਾਰਾਂ ਪਾ ਲੈਣੀਆਂ ਚਾਹੀਦੀਆਂ ਤੇ ਜਦੋਂ ਸਾਡਾ ਪ੍ਰਕਾਸ਼ ਕਰੀਦਾ ਉਹ ਕਹਿੰਦਾ ਪਿੰਡਾਂ ਗਰਮੀ ਨਾਲ ਬੋਲਦਾ ਪਰ ਗਰਮੀ ਨਾਲ ਤਾਂ ਕਹੋ ਜਦੋਂ ਤੁਹਾਡੀ ਕੋਈ ਦੇਸ਼ ਦੀ ਗੱਲ ਕਰਦਾ ਤੁਸੀਂ ਸੱਚ ਦੇਵੋ ਨਾ ਕਰਿਆ ਹੋਇਆ ਹੁਣ ਕਈ ਵੀਰ ਮੈਨੂੰ ਕਹਿੰਦੇ ਆ ਸਾਰੇ ਤੂੰ ਸਮਝੌਤਾ ਕਰਾ ਰਹੇ ਤਾਰੇ ਤੁਹਾਡੇ ਕੰਮ ਚ ਬੇਨਤੀ ਦਾ ਸਮਝੌਤਾ ਕਰਾਉਣਾ ਤਾਂ ਦੋ ਗੱਲਾਂ ਮੰਨ ਲਓ ਮੈਂ ਸੰਤੋਖ ਸਿੰਘ ਪਦਾਰਥ ਵੀ ਗਿਆ ਤਲਵੰਡੀ ਦੇ ਪਦਾਰਥ ਵੀ ਗਿਆ ਸੱਤ ਚਰਚਾ ਦੇ ਪਦਾਰਥ ਵੀ ਗਿਆ ਤਿੰਨਾਂ ਥਾਵਾਂ ਤੇ ਬੋਲਿਆ ਤੇ ਤਿੰਨਾਂ ਨੇ ਬੈਠੇ ਬੋਲਿਆ ਤਿੰਨਾਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਭਾਈ ਤੁਸੀਂ ਸਾਨੂੰ ਨਾਲ ਰੱਖ ਕੇ ਤੇ ਤੋੜਨਾ ਚਾਹੁੰਦੇ ਹੋ ਤੇ ਤਿੰਨੋਂ ਜਾ ਕੇ ਮੰਜੀ ਸਾਹਿਬ ਤੇ ਬੈਠ ਕੇ ਇਕੱਠੇ ਆਰਾਮ ਕਰੋ ਕਿਸੇ ਇੱਕ ਚੱਲਾਂਗੇ ਨਹੀਂ ਤਾਂ ਸਾਡਾ ਤੁਹਾਡੇ ਨਾਲ ਕੋਈ ਮਿਲਾਪ ਨਹੀਂ ਤਿੰਨਾਂ ਦਾ ਜੀ ਤੇ ਜੇ ਨਹੀਂ ਮੰਨਦੇ ਤੇ ਤੁਸੀਂ ਮੰਨ ਲਓ ਮਿਲਾਪ ਕਰਨ ਲੱਗੇ ਜੇ ਬੈਠੇ ਪਏ ਵੀ ਜੇ ਮੈਂ ਕੋਈ ਤਲਵੰਡੀ ਦੇ ਨਾਲ ਦਾ ਸਰਤਾਂ ਦੇ ਨਾਲ ਦਾ ਜਥੇ ਦਾ ਸੰਤੋਖ ਸਿੰਘ ਨਾਲ ਦਾ ਜਿੱਥੇ ਤਿੰਨੇ ਜਾਂਦੇ ਹੈ ਉਸ ਇਲਾਕੇ ਦੇ ਸਾਰੇ ਵਰਕਰ ਇਕੱਠੇ ਹੋ ਕੇ ਕਹਿ ਰਹੇ ਹੋ ਕਿ ਭਾਈ ਸਾਹਿਬ ਸਾਡੇ ਇਲਾਕੇ ਤਾਂ ਦੋ ਸੰਗਤ ਜੇ ਤਿੰਨੇ ਇਕੱਠੇ ਆਉਂਦੇ ਤੇ ਦੇਖੋ ਤਾਂ ਮਿਲਾਪ ਹੁੰਦਾ ਕਿ ਨਹੀਂ ਹੁੰਦਾ ਤਲਵੰਡੀ ਆ ਗਿਆ ਉਹਦੇ ਨਾਲ ਦੇ ਝੰਡੀਆਂ ਲੈ ਕੇ ਪਹਿਲਾਂ ਖੜੇ ਹੋਏ ਹੁੰਦੇ ਹਾਰ ਲੈ ਕੇ ਜੇ ਸੰਤ ਆ ਗਿਆ ਤੇ ਉਹਦੇ ਨਾਲ ਦੇ ਝੰਡੀਆਂ ਲੈ ਕੇ ਖੜੇ ਹੋਏ ਜੇ ਸੰਤੋਖ ਸਿੰਘ ਆ ਗਿਆ ਤੇ ਉਹਦੇ ਨਾਲ ਦੇ ਬੰਦਬਾਜਾ ਲੈ ਕੇ ਖੜੇ ਹੋਏ ਤਾਂ ਸਮਝੌਤਾ ਕਰਾ ਦੇ ਕੌਣ ਉਹਨੇ ਦੱਸਿਆ ਤਾਂ ਸਮਝੌਤਾ ਸੰਤ ਹੈ ਤੇ ਜੇ ਸਾਹਿਬ ਤਾਂ ਬੇਨਤੀ ਮੰਨੋ ਇੱਕ ਹੱਥ ਤੁਹਾਡੇ ਕੋਲ ਰੰਭ ਕੇ ਲੈ ਚੰਗੂ ਖਾ ਲਿਓ ਅਸੀਂ ਤਾਂ ਪੰਥ ਦੇ ਹੱਕ ਚ ਪੰਥ ਦੇ ਕੂਕਲ ਔਰ ਅਸੀਂ ਪੰਥ ਨੂੰ ਨਹੀਂ ਮੰਨਦੇ ਤੇ ਕੋਈ ਵਿਅਕਤੀ ਬੈਠ ਕੇ ਬਲੈਸ਼ਾ ਕਰੇ
ਧੱਜੀਆਂ ਲਾ ਦੇਣਾ ਰੰਗਾਂ ਕਰੇ ਤੇ ਫੇਰ ਵੀ ਕੋਈ ਪੰਥ ਲੰਦਾ ਮੈਂ ਤਾਂ ਮੰਗਣਾ ਵੀ ਚਾਹੁੰਦਾ ਕਿ ਮੈਂ ਕਿ ਚਲੇ ਤੇ ਚਾਹੇ ਨਾ ਚੱਲੇ ਸਾਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਦੂਜੇ ਨੰਬਰ ਤੇ ਸਾਡੇ ਲੀਡਰਾਂ ਦਾ ਸਤਿਕਾਰ ਮੈਂ ਨੀ ਕਿਸੇ ਵਿਅਕਤੀ ਨੂੰ ਕਹਿੰਦਾ ਆਪਣੇ ਲੀਡਰ ਦੀ ਪੱਗ ਲਾਓ ਜਾਂ ਆਪਣੇ ਲੀਡਰ ਦੀ ਬੇਇੱਜ਼ਤੀ ਕਰਾਓ ਜੇ ਲੀਡਰ ਦੀ ਬੇਇੱਜ਼ਤੀ ਕਰਾਏ ਕੌਮ ਦੀ ਬੇਇੱਜ਼ਤੀ ਹੋਵੇਗੀ ਪਰ ਇਹ ਨਹੀਂ ਕਿ ਲੀਡਰ ਬਣ ਕੇ ਕੋਈ ਹੱਥ ਕੇ ਚੜ ਕੇ ਤੇ ਪੰਜਾਂ ਚਾਰਾਂ ਦੀ ਬੇਇੱਜ਼ਤੀ ਕਰਦਾ ਫਿਰ ਤੁਹਾਨੂੰ ਕੁੜਤਾ ਲੈਣੀ ਅਸੀਂ ਇਸ ਕੰਮ ਦੇ ਵੀ ਹੱਕ ਵਿੱਚ ਨਹੀਂ ਹਾਂ ਸਰ ਮੈਂ ਤੁਹਾਡੇ ਚਰਨਾਂ ਦੀ ਬੇਨਤੀ ਕਰਦਾ ਸਤਿਗੁਰੂ ਦਾ ਸਤਿਕਾਰ ਕਾਇਮ ਰੱਖੋ ਤੇ ਗੁਰੂ ਕੀ ਬਾਣੀ ਤੇ ਭਰੋਸਾ ਰੱਖਿਆ ਕਰੋ ਕਿਉਂਕਿ ਗੁਰੂ ਸਾਹਿਬ ਦਾ ਹੱਕ ਹੈ ਹਰ ਕੀ ਵਿਜਾਇ ਹਰ ਧਾਮ ਦੀ ਦਲ ਕਾ ਜਾਕਾਰ ਕਰਾਈ ਜਦ ਹਰੀ ਪਰਮੇਸ਼ਰ ਨੂੰ ਆਪਣੀ ਮਹਿਮਾ ਪਾਉਂਦੀ ਹੈ ਉਹ ਆਪਣੇ ਚਾਰਨ ਦੀ ਜਾਇਦਾ ਕਾਰ ਕਰਾਉਂਦਾ ਹੈ ਜਿਹੜੇ ਡਾਇਆ ਕਰਦੇ ਸਨ ਮਗਰ ਮਗਰ ਤੁਰੇ ਫਿਰਦੇ ਆ ਚਲੋ ਇੱਕੋ ਤੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਮਾਲਿਕ ਹੈ ਕਦੇ ਕਿਸੇ ਤੋਂ ਵੋਟ ਨਹੀਂ ਮੰਗੀ ਕਿ ਜੇ ਭਾਈ ਕਹਿੰਦੇ ਪਰਸੋਂ ਵੋਟਾਂ ਦਾ ਲਾਲਚੀ ਹੋ ਗਿਆ ਅਸੀਂ ਵੋਟਾਂ ਦੇ ਲਾਲਚੀ ਨਹੀਂ ਮੈਂ ਕੁਰਸੀ ਦੇ ਲਾਲਚੀ ਧਰਮ ਦੇ ਲਾਲਚੀ ਜ਼ਰੂਰ ਹੈ ਜਦੋਂ ਕੁਰਸੀ ਦਾ